ਸਕੂਲ ਦੀ ਕੰਧ ਦੇ ਨਾਲ ਬਣਿਆ ਤਲਾਬ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ। ਦੱਸ ਦਈਏ ਕਿ ਮਾਪੇ ਆਪਣੇ ਬੱਚਿਆਂ ਨੂੰ ਡਰ ਦੇ ਸਾਏ ਹੇਠ ਆਪਣੇ ਸਕੂਲ ਦੇ ਵਿੱਚ ਭੇਜ ਰਹੇ ਨੇ, ਕਿਉਂਕਿ ਸਕੂਲ ਦੀ ਬਿਲਕੁਲ ਹੀ ਕੰਧ ਦੇ ਨਾਲ ਇਹ ਡੂੰਘਾ ਤਲਾਬ ਬਣਿਆ ਹੋਇਆ। ਦੱਸ ਦਈਏ ਕਿ ਤਲਾਬ ਬਣਨ ਦੇ ਨਾਲ ਸਕੂਲ ਦੀ ਬਿਲਡਿੰਗ ਵੀ ਲਗਾਤਾਰ ਗਿਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਪ੍ਰਸ਼ਾਸਨ ਅਤੇ ਸਕੂਲ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਜਾ ਰਹੀ। ਨਾ ਤਾਂ ਤਲਾਬ ਨੂੰ ਇਸ ਥਾਂ ਤੋਂ ਹਟਾਇਆ ਜਾ ਰਿਹਾ ਅਤੇ ਨਾ ਹੀ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਸ਼ਿਫਟ ਕੀਤਾ ਜਾ ਰਿਹਾ। ਇਹ ਲੱਗ ਰਿਹਾ ਕਿ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਨੂੰ ਦੇਖਣਾ ਚਾਹੁੰਦਾ, ਜਿਸ ਕਰਕੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਤਾਂ ਦੱਸ ਦਈਏ ਕਿ ਇਹ ਮਾਮਲਾ ਨੂੰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸਕੂਲ ਦੀ ਕੰਧ ਦੇ ਨਾਲ ਡੂੰਘਾ ਤਲਾਬ ਬਣਿਆ ਹੋਇਆ। ਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਸਕੂਲ ਪ੍ਰਸ਼ਾਸਨ ਦੇ ਵੱਲੋਂ ਇੱਥੇ ਤੱਕ ਨਲਾਇਕੀ ਦਿਖਾਈ ਗਈ ਹੈ ਕਿ ਤਲਾਬ ਦੇ ਆਲੇ ਦੁਆਲੇ ਸਕੂਲ ਦੀ ਕੋਈ ਬਾਉਂਡਰੀ ਵੀ ਨਹੀਂ ਕਰਵਾਈ ਗਈ, ਜਿਸ ਦੇ ਕਾਰਨ ਬੱਚੇ ਵੀ ਅਕਸਰ ਹੀ ਤਲਾਬ ਦੇ ਕਿਨਾਰੇ 'ਤੇ ਖੇਡਦੇ ਰਹਿੰਦੇ ਨੇ। ਮਾਪਿਆਂ ਦਾ ਕਹਿਣਾ ਕਿ ਸਕੂਲ ਵੱਲੋਂ ਕੋਈ ਵੀ ਅਜਿਹਾ ਪ੍ਰਬੰਧ ਨਾ ਕਰਨਾ ਕਿਤੇ ਨਾ ਕਿਤੇ ਸਕੂਲ ਪ੍ਰਸ਼ਾਸਨ ਦੀ ਵੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮਾਪਿਆਂ ਨੇ ਇਸ ਮੌਕੇ 'ਤੇ ਮੰਗ ਕੀਤੀ ਹੈ ਕਿ ਜਾਂ ਤਾਂ ਤਲਾਬ ਨੂੰ ਇਸ ਥਾਂ ਤੋਂ ਦੂਰ ਹਟਾਇਆ ਜਾਵੇ ਜਾਂ ਫਿਰ ਸਕੂਲ ਨੂੰ ਕਿਸੇ ਹੋਰ ਥਾਂ 'ਤੇ ਸ਼ਿਫਟ ਕੀਤਾ ਜਾਵੇ, ਕਿਉਂਕਿ ਲਗਾਤਾਰ ਸਕੂਲ ਦੀ ਬਿਲਡਿੰਗ ਵੀ ਇਸਦੇ ਕਾਰਨ ਢਹਿ ਢੇਰੀ ਹੋ ਰਹੀ ਹੈ। ਆਏ ਦਿਨ ਇੱਟਾਂ ਜੋ ਨੇ ਖੁਰ ਖੁਰ ਕੇ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਅਤੇ ਇਸੇ ਦੌਰਾਨ ਕੋਈ ਨਾ ਕੋਈ ਵੱਡੀ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਹੈ, ਕਿਉਂਕਿ ਤਲਾਬ ਕਾਫੀ ਡੂੰਘਾ ਦੱਸਿਆ ਜਾ ਰਿਹਾ। ਸਕੂਲ ਦੀ ਕੰਧ ਇਸ ਦੇ ਬਿਲਕੁਲ ਨਾਲ ਹੈ ਅਤੇ ਲਗਾਤਾਰ ਤਲਾਬ ਜੋ ਹੈ ਸਕੂਲ ਦੇ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ। ਦੱਸ ਦਈਏ ਕਿ ਹੁਣ ਬਿਲਕੁਲ ਹੀ ਸਕੂਲ ਦੀ ਕੰਧ ਦੇ ਨਾਲ ਇਹ ਤਲਾਬ ਜੁੜ ਚੁੱਕਾ ਹੈ, ਜਿਸ ਦੇ ਕਾਰਨ ਕੋਈ ਵੱਡਾ ਹਾਦਸਾ ਇੱਥੇ ਵਾਪਰ ਸਕਦਾ ਹੈ। ਇਹ ਜੀ ਸਕੂਲ ਦੇ ਬਾਰੇ ਮੈਂ ਮਤਲਬ ਹੈ ਇਸਕੇ ਪਿੱਛੇ ਤਲਾਬ ਹੈ ਔਰ ਤਲਾਬ ਮੈਂ ਆਪਕੋ ਮੈਨੂੰ ਦਿਖਾਇਆ ਵੀ ਹੈ ਔਰ ਬਿਲਡਿੰਗ ਕਾ ਮਤਲਬ ਇਤਨਾ ਹੋਇਆ ਪੜਾ ਤਲਾਬ ਕੀ ਵਜ੍ਹਾ ਸੇ ਨਾ ਪੀਛੇ ਕੋਈ ਉਹ ਤਾਂ ਹੈ ਨਹੀਂ ਔਰ ਸਪੋਰਟ ਨਹੀਂ ਹੈ ਔਰ ਤਲਾਬ ਇਹ ਬਿਲਡਿੰਗ ਕਾ ਗਿਰਨੇ ਕਟ ਰਹਾ ਹੈ ਤਲਾਬ ਕੀ ਵਜ੍ਹਾ ਸੇ ਪਾਣੀ ਭਰਾ ਹੁਆ ਹੈ ਔਰ ਅਗਰ ਇਹ ਐਸਾ ਹੋ ਗਿਆ ਤਾਂ ਹਮਾਰਾ ਬੱਚੋਂ ਕਾ ਭਵਿਸ਼ਯ ਕਾ ਕਿਆ ਹੋਗਾ। ਇਸ ਲਈ ਮੈਂ ਤਾਂ ਸਰਕਾਰ ਸੇ ਇਸਕੀ ਗੁਹਾਰ ਲਗਾਤਾ ਹੂੰ ਕਿ ਸਰਕਾਰ ਇਸ ਪਰ ਧਿਆਨ ਦੇ ਔਰ ਇਸਕੀ ਪੀਛੇ ਕੀ ਦੀਵਾਰ ਹੈ ਜੋ ਉਸਕੋ ਕਰਾਏ ਔਰ ਆਗੇ ਮੁਰੰਮਤ ਹੈ ਜਾਂ ਚਾਰ ਦੀਵਾਰੀ ਹੈ ਜੋ ਵੀ ਹੋ तो हमारी होनी चाहिए हमारे बच्चों के लिए, क्योंकि अगर गिर गया इसमें पता नहीं कुछ भी हादसा हो सकता है या जो भी क्या भरोसा पीछे परेशानी बनी हुई यह तो लगभग कम से कम 2 साल से है इसको लेकर आपने और भी ज्यादा। हाँ मैंने कई बार सेम विंडो लगाई है मेरे पास में है और 2-3 बार सेम विंडो लगाई है मैंने इसके बारे में वैसे भी दिया MLA साहब को भी दिया है विधायक जी को नहीं अभी तक कोई नहीं। स्कूल में पीछे तालाब है अगर यह कि बाउंड्री कोई 5-6 फुट डंडा ना हो तो ये स्कूल गिर पड़ेगा और बच्चा बिल्कुल खतरा है। कितने दिनों से खतरा बना हुआ है? लगभग 2 साल हो गई। इसको लेकर आप लोगों ने शिकायत की? शिकायत भी की है, लिख के भी दिए है, मैंने साहब को आज दिए और यह जल्दी जल्दी सरकार समाधान करे तो बच्चा हमारा पूरा खतरा में। परेशानी तो जी बहुत है, अगर आप निगरानी में आओ तो बहुत परेशानी है, बाढ़ कर इतनी परेशानी है, दूसरे हवा में जाकर है तलाब बच्चा पड़ते हैं और बारिश में इतनी चूँ है बहुत भारी मेघ तरह बरसाई और चार दीवारी मतलब ये है कि आगे जरूरी होनी है चार घास की रौनक मर रही कुल मिला कहानी यू है हम बच्चों को ठहरी एक साथ तालाब स्कूल के पास तालाब बना हुआ है उसके उससे क्या खतरा बन रहा है? इसकी खतरा यह है जी इसके साथ में ये स्कूल कुल ज्यादा 4 फुट को रह रहो ज्यादा पानी भर गो तो गिरे ही गई